ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਅਸੀਂ ਵੀਕਲੀ ਵਰਕਸ਼ੀਟ 3 ਦਾ 7ਵਾਂ ਕੁਐਸਚਨ ਕਰਾਂਗੇ। ਇਸ ਕੁਐਸਚਨ ਦੇ ਅੰਦਰ ਤੁਹਾਨੂੰ ਦਿੱਤਾ ਗਿਆ ਹੈ, ਜੇਕਰ ਰੂਟ 0.04 ਮਲਟੀਪਲਾਈ 0.4 ਐਕਸ ਬਰਾਬਰ ਹੋਵੇ 0.4 ਮਲਟੀਪਲਾਈ ਬਾਏ 0.04 ਰੂਟ ਬਾਈ ਹੋਵੇ ਤਾਂ ਐਕਸ ਅਪੋਨ ਬਾਈ ਐਕਸ ਵਟਾ ਬਾਈ ਦਾ ਮੁੱਲ ਅਸੀਂ ਪਤਾ ਕਰਨਾ ਹੈ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਦੇਖਦੇ ਹਾਂ ਇਸ ਕੁਐਸਚਨ ਨੂੰ ਕਿਵੇਂ ਕਰਨਾ ਹੈ। ਪਹਿਲਾਂ ਕੀ ਕਰਾਂਗੇ, ਦੋਵੇਂ ਪਾਸੇ ਵਰਗ ਕਰਾਂਗੇ, ਦੋਵੇਂ ਪਾਸੇ ਵਰਗ ਕਰਨ 'ਤੇ ਦੋਵੇਂ ਪਾਸੇ ਅਸੀਂ ਕੀ ਕਰ ਦੇਣਾ ਹੈ, ਸਕੇਅਰ ਕਰ ਦੇਣਾ ਹੈ। ਸਕੇਅਰ ਦੇਖੋ ਕਿਵੇਂ ਕਰਨਾ ਹੈ, ਰੂਟ 0.04 ਮਲਟੀਪਲਾਈ ਬਾਈ 0.4 ਐਕਸ ਪਾਵਰ 2 ਦੋਵੇਂ ਪਾਸੇ ਕਰਨਾ ਹੈ, ਖੱਬੇ ਪਾਸੇ ਅਸੀਂ ਕਰ ਦਿੱਤਾ ਹੈ, ਸੱਜੇ ਪਾਸੇ ਵੀ ਇਸ ਤਰ੍ਹਾਂ ਹੀ ਕਰਨਾ ਹੈ। ਦੇਖੋ 0.04 ਮਲਟੀਪਲਾਈ ਬਾਈ 0.4 ਰੂਟ ਬਾਈ ਬ੍ਰੈਕਟ ਅਤੇ ਪਾਵਰ ਕਿੰਨੀ ਲਗਾ ਦੇਣੀ ਹੈ, 2। ਤਾਂ ਵਿਦਿਆਰਥੀਓ, ਖੱਬੇ ਪਾਸੇ ਵੱਲ ਤੁਸੀਂ ਧਿਆਨ ਦਿਓ, ਖੱਬੇ ਪਾਸੇ ਵੱਲ ਧਿਆਨ ਦਿਓ। ਇਹ ਜੋ ਸਕੇਅਰ ਰੂਟ ਹੈ, ਇਹ ਸਾਡੀ ਜੋ ਸਕੇਅਰ ਹੈ ਇਸ ਦੇ ਨਾਲ ਕੀ ਹੈ, ਘੱਟ ਜਾਏਗਾ। ਠੀਕ ਹੈ ਜੀ, ਤਾਂ ਖੱਬੇ ਪਾਸੇ ਸਾਡੇ ਕੋਲ ਕੀ ਬਚਦਾ ਹੈ, 0.04 ਮਲਟੀਪਲਾਈ ਬਾਈ 0.4 ਐਕਸ ਇਜ ਇਕੁਅਲ ਟੂ। ਦੇਖੋ ਪਿਆਰੇ ਵਿਦਿਆਰਥੀਓ, ਜੋ ਸੱਜੇ ਪਾਸੇ ਵੱਲ ਹੈ ਪਾਵਰ 2 ਹੈ, ਤਾਂ ਅਸੀਂ ਇਸ ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ, 0.04 ਮਲਟੀਪਲਾਈ ਬਾਈ 0.04। ਦੇਖੋ ਵਿਦਿਆਰਥੀਓ, ਇੱਥੇ ਜੋ ਆਪਣਾ ਸਕੇਅਰ ਰੂਟ ਸਕੇਅਰ ਹੈ, ਜੋ ਸਕੇਅਰ ਹੈ ਇਹ ਹੈ, ਉਹ ਇਸ ਜੋ ਬਾਈ ਦੇ ਉੱਤੇ ਰੂਟ ਹੈ ਇਸ ਨਾਲ ਕੀ ਹੈ, ਘੱਟ ਜਾਏਗਾ। ਤਾਂ ਇੱਥੇ ਆਪਣੇ ਕੋਲ ਕੀ ਬਚੇਗਾ, ਸਿਰਫ ਇੱਥੇ ਸਿਰਫ ਆਪਣੇ ਕੋਲ ਕੀ ਬਚ ਜਾਏਗਾ, ਬਾਈ ਬਚ ਜਾਏਗਾ। ਠੀਕ ਹੈ, ਸਕੇਅਰ ਦੇ ਨਾਲ ਸਕੇਅਰ ਰੂਟ ਤਾਂ ਕੈਂਸਲ ਹੋ ਚੁੱਕਿਆ ਹੈ, ਪਰ 0.04 ਮਲਟੀਪਲਾਈ ਬਾਈ 0.4 ਦੀ ਘਾਤ 2 ਹੈ, ਇਸ ਲਈ ਇਹਨਾਂ ਨੂੰ ਆਪਾਂ ਕੀ ਕਰਾਂਗੇ, 2 ਵਾਰ ਲਿਖ ਲਵਾਂਗੇ, 0.04 ਮਲਟੀਪਲਾਈ ਬਾਈ 0.4 ਮਲਟੀਪਲਾਈ ਬਾਈ ਆਪਣੇ ਕੋਲ ਕੀ ਬਚਿਆ ਸੀ, ਸਿਰਫ ਬਾਈ ਬਚਿਆ ਸੀ। ਠੀਕ ਹੈ, ਇਹ ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਾਂ ਇਹਨਾਂ ਦੀ ਪਾਵਰ 2 ਜੋ ਅਗਰ ਕਹਿ ਸਕਦੇ ਹਾਂ ਕਿ 0.04 ਨੂੰ 0.04 ਨਾਲ ਮਲਟੀਪਲਾਈ ਕਿਉਂ ਨਹੀਂ ਕੀਤਾ, ਇਹਨਾਂ ਨੂੰ ਸਿੰਪਲ ਆਪਾਂ ਕਿਉਂ ਰੱਖਿਆ ਹੈ। ਤਾਂ ਪਿਆਰੇ ਵਿਦਿਆਰਥੀਓ, ਕਿਉਂਕਿ ਆਪਾਂ ਨੇ ਐਕਸ ਅਪੋਨ ਬਾਈ ਜੋ ਹੈ ਉਹ ਪਤਾ ਕਰਨਾ ਹੈ। ਠੀਕ ਹੈ, ਉਹ ਆਪਾਂ ਨੂੰ ਜ਼ਿਆਦਾ ਜ਼ਿਆਦਾ ਉਲਝਣ ਵਿੱਚ ਪੈਣ ਦੀ ਲੋੜ ਨਹੀਂ ਹੈ। ਠੀਕ ਹੈ, ਸਿੰਪਲ ਕਰਾਂਗੇ, ਉਹ ਦੇਖੋ ਕਿ ਅੱਗੇ ਦੇਖਦੇ ਹਾਂ ਅਸੀਂ ਕੀ ਕਰਨਾ ਹੈ, ਐਕਸ ਨੂੰ ਖੱਬੇ ਪਾਸੇ ਹੀ ਰੱਖਦੇ ਹਾਂ, ਸੱਜੇ ਪਾਸੇ ਤੋਂ ਬਾਈ ਮਲਟੀਪਲਾਈ ਵਿੱਚ ਹੈ। ਠੀਕ ਹੈ, ਖੱਬੇ ਪਾਸੇ ਆ ਕੇ ਉਹ ਕਿਸ ਦਾ ਹੋ ਜਾਏਗਾ, ਡਿਵਾਈਡ ਦਾ, ਅਪੋਨ ਦੇ ਵਿੱਚ ਚਲਾ ਜਾਏਗਾ। ਖੱਬੇ ਪਾਸੇ ਜੋ ਹੈ ਉਹਨੂੰ ਬਿਲਕੁਲ ਸੇਮ ਲਿਖਾਂਗੇ, 0.04 ਮਲਟੀਪਲਾਈ ਬਾਈ 0.4 ਮਲਟੀਪਲਾਈ ਬਾਈ 0.04 ਮਲਟੀਪਲਾਈ ਬਾਈ 0.4 ਅਪੋਨ, ਦੇਖੋ ਅਪੋਨ ਜੋ
ਸੱਜੇ ਪਾਸੇ ਵੱਲ ਸਾਡੇ 0.04 ਮਲਟੀਪਲਾਈ ਬਾਈ 0.04 ਸੀ, ਉਹ ਇਸ ਪਾਸੇ ਆ ਕੇ ਡਿਵਾਈਡ ਦੇ ਵਿੱਚ ਆ ਜਾਣਗੇ, ਅਪੋਨ ਦੇ ਵਿੱਚ ਆ ਜਾਣਗੇ। ਤਾਂ ਦੇਖੋ ਪਿਆਰੇ ਵਿਦਿਆਰਥੀਓ, ਜੋ ਨੀਚੇ ਸਾਡਾ 0.04 ਹੈ ਉਹ ਉੱਪਰ ਵਾਲੇ ਇਸ 0.04 ਨਾਲ ਕੱਟ ਹੋ ਜਾਏਗਾ, ਠੀਕ ਹੈ। ਇਹ ਜੋ 0.4 ਹੈ ਉਹ ਨੀਚੇ ਵਾਲੇ 0.4 ਨਾਲ ਕੱਟ ਹੋ ਜਾਏਗਾ। ਸਾਡੇ ਕੋਲ ਬਚਦਾ ਕੀ ਹੈ, ਐਕਸ ਅਪੋਨ ਵਾਈ ਬਰਾਬਰ ਹੈ 0.04 ਮਲਟੀਪਲਾਈ ਬਾਈ 0.4। ਵਿਦਿਆਰਥੀਓ ਅੱਗੇ ਅਸੀਂ ਕੀ ਕਰਨਾ ਹੈ, ਜੋ 0.04 ਹੈ ਉਸਨੂੰ ਅਸੀਂ 0.4 ਨਾਲ ਕੀ ਕਰ ਦੇਣਾ ਹੈ, ਮਲਟੀਪਲਾਈ ਕਰ ਦੇਣਾ ਹੈ। ਤੁਹਾਡਾ ਜੋ ਆਂਸਰ ਹੈ ਉਹ ਆ ਜਾਏਗਾ 0.016, ਕਿਉਂਕਿ ਪੁਆਇੰਟ ਤੋਂ ਬਾਅਦ ਪਹਿਲੇ ਵਿੱਚ ਦੋ ਡਿਜਿਟ ਹਨ, ਦੂਸਰੇ ਵਿੱਚ ਇੱਕ ਡਿਜਿਟ ਹੈ। ਟੋਟਲ ਪੁਆਇੰਟ ਤੋਂ ਬਾਅਦ ਕਿੰਨੇ ਡਿਜਿਟ ਹੋਣੇ ਚਾਹੀਦੇ ਹਨ, 3। ਇਸ ਲਈ ਇਸਦਾ ਜੋ ਸਹੀ ਆਂਸਰ ਹੈ ਉਹ ਸਾਡਾ ਕੀ ਹੋਏਗਾ, ਥਰਡ ਆਪਸ਼ਨ, ਥਰਡ 0.16 ਇਸਦਾ ਜੋ ਹੈ ਉਹ ਸਹੀ ਆਂਸਰ ਹੋਵੇਗਾ। ਸੋ ਆਸ ਕਰਦੇ ਹਾਂ ਵਿਦਿਆਰਥੀਓ, ਸੱਤਵਾਂ ਜੋ ਕੁਐਸਚਨ ਹੈ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਧੰਨਵਾਦ।